ਆ ਸਾਡੇ ਨਾਲ ਦੋ ਬੰਦੇ ਖੜੇ ਆ ਯਾਰ ਆ ਦੇਖ ਮੀਂਹ ਸਟਾਰਟ ਹੋਇਆ ਵਾ ਮੀਂਹ ਪੜਦਾ ਲਾ ਰਿਹਾ ਯਾਰ ਮੀਂਹ ਸਟਾਰਟ ਹੋ ਗਿਆ ਇੱਕ ਕਰੇਕਸ਼ਨ ਦੋ ਕੇ ਤੇਜ ਮੀਂਹ ਹੋ ਗਿਆ ਵਾ ਐਂ ਕੋਈ ਆ ਗਿਆ ਰੋਪੜ ਚ ਆ ਗਈ ਬਹਾਰ ਹਾਂਜੀ ਪਰ ਮਿੱਤਰੋ ਕਿੱਦਾਂ ਫਿਰ ਸਾਰੇ ਸਾਰੇ ਅੱਜ ਦਾ ਵਲੋਗ ਤੁਸੀਂ ਟਾਈਟਲ ਵਿੱਚ ਦੇਖ ਹੀ ਲਿਓ ਅਤੇ ਕਿੱਦਾਂ ਦਾ ਹੋਊਗਾ ਤੁਹਾਨੂੰ ਮਿਲਦੇ ਆ ਥੋੜ੍ਹੀ ਦੇਰ ਤੱਕ ਕਹਿੰਦੇ ਸੀਰਾ ਤੇਲ ਪਵਾ ਲਈਏ ਤੇਲ ਪਵਾ ਕੇ ਫਿਰ ਚੱਲਦੇ ਹਾਂ ਅਗਲੇ ਵਾਲੇ ਤੋਂ ਪਾਉਂਦੇ ਨਾ ਤੇਲ ਪਾਪਾ ਆਈ ਆ ਕਦੇ ਨਗਲਿਆ ਅਗਲੇ ਵਾਲਾ ਨਾ ਹੁਣ ਤੇਲ ਪਵਾ ਲਈਏ ਤੇਲ ਦੀ ਟੈਂਕੀ ਫੁੱਲ ਕਰਾ ਲਈਏ ਟਰੱਕ ਪਹਿਲਾਂ ਹੀ ਲੱਗੇ ਹੋਏ ਆ ਛੱਡ ਦੇ ਤੇਲ ਪਵਾ ਲਈਏ ਤੇਲ ਹੈ ਨਹੀਂ ਜਮਾਂ ਵੀ ਤੇਲ ਪਵਾ ਕੇ ਫਿਰ ਮਿਲਦੇ ਅੱਗੇ ਇੱਥੇ ਆਪਣਾ ਨਹਿਰ ਆਪਣੀ ਜਿਹੜੀ ਸਤਲੁਜ ਨਹਿਰ ਆ ਕਹਿੰਦੇ ਮੋਲ ਮੋਲ ਹੋਇਆ ਵਾ ਇਹ ਪੁੱਲ ਪੱਲ ਬਣਦੇ ਪਏ ਆ ਪੁੱਲ ਪੱਲ ਬਣਦੇ ਆ ਤੁਹਾਨੂੰ ਦਿਖਾਉਂਦੇ ਅੱਗੇ ਲਓ ਜੀ ਅਸੀਂ ਪੁੱਜ ਗਏ ਹਾਂ ਮੂਵੀ ਦੇਖਣ ਜੇ ਆ ਰੋਪੜ ਆਹ ਦੇਖ ਲਓ ਟੈਂਜੂਰ ਲੱਗੀ ਹੋਈ ਆ ਅਤੇ ਕਿਲਰ ਲੱਗੀ ਹੋਈ ਆ ਨਾਲੇ ਸਵਾਦ ਪੂਰਾ ਪੂਰਾ ਦੇਖਣਾ ਹਾਂਜੀ ਮਿੱਤਰੋ ਅਤੇ ਅਸੀਂ ਪੁੱਜ ਗਏ ਹਾਂ ਜੇ ਆ ਟੈਂਜੂਰ ਹੀ ਅੱਜ ਦੇਖਣ ਫਿਲਮ ਅਤੇ ਸਾਡੇ ਨਾਲ ਤਾਂ ਹਰੇ ਟੈਂਜੂਰ ਤਸਵੀਰ ਲੱਗੀ ਹੋਈ ਆ ਮੂਵੀ ਦੇਖਣੀ ਆਪਾਂ ਨੇ ਅੱਜ ਮੂਵੀ ਇੰਜੋਏਮੈਂਟ ਤੁਹਾਨੂੰ ਦੱਸਦੇ ਹੁੰਦੇ ਜਾ ਕੇ ਅਤੇ ਕਿੱਦਾਂ ਕਿੱਦਾਂ ਪ੍ਰੋਸੈਸ ਅਤੇ ਦੋ ਬੰਦੇ ਆਹ ਦੇਖਣਾ ਵੇ ਇੱਕ ਕਾਲਾ ਇੱਕ ਗੋਲਾ ਜੱਟਾਂ ਨੇ ਜ਼ਰੂਰੀ ਦੇਖਣਾ ਹੈ ਵੇ ਅਤੇ ਟਾਈਮ ਆਊਟ ਹੋਇਆ ਵਾ ਕਰਾਉਂਦੇ ਹਾਂ ਆਪਣੇ ਭਾਈ ਨੇ ਟਾਈਮ ਦੱਸਿਆ ਬਾਈ ਟਾਈਮ ਹੋ ਗਿਆ ਲੇਟ ਅਤੇ ਕਹਿੰਦੇ 12:20 ਤਾਂ ਲੱਗਣੀ ਆ ਆਪਾਂ ਚੱਲੇ ਖਾਣ ਪੀਣ ਅਤੇ ਤੁਹਾਨੂੰ ਦੱਸਦੇ ਅਗਲੀ ਲੋਕੇਸ਼ਨ 'ਤੇ ਜਾ ਕੇ ਲਓ ਜੀ ਇੱਧਰ ਕਦਮ ਨਹੀਂ ਲੱਗ ਗਿਆ ਖਾਣ ਚੱਕੋ ਆਓ ਵੀ ਉਹ ਅਤੇ ਐਸ ਕਰੋ ਅਤੇ ਫਿਲਮ ਦੇਖਣ ਜਾਣੀ ਹੁਣ ਇਸ ਤੋਂ ਬਾਅਦ ਪੇਟ ਕਰ ਲਈਏ ਪੂਜਾ ਕਰ ਲਈਏ ਫਿਰ ਚੱਲਦੇ ਦੇਖ ਲਓ ਆ ਦੇਖ ਲਓ ਖਾਤੀਆਂ ਖਤਮ ਲਓ ਜੀ ਅਸੀਂ ਆ ਗਏ ਅੰਦਰ ਦੇਖ ਲਓ ਜੱਟ ਜ਼ਰੂਰੀ ਆ ਜੀ ਯਾਰ ਦੇਖਣ ਆ ਰਿਹਾ ਜਿਹਨੇ ਆਉਣਾ ਹੋਵੇ ਆ ਗਏ ਲਓ ਜੀ ਤਾਂ ਦੇਖ ਲਓ ਆਹ ਦੇਖੋ ਮੇਰਾ ਨਾਮ ਵੀ ਲਿਆ ਹੋਇਆ ਪ੍ਰਿੰਸ ਨਾਮ ਹੀ ਬਹੁਤ ਚੱਲਦਾ ਸਾਡਾ ਅਸੀਂ ਜੇ ਆਰ ਥੀਏਟਰ 'ਚ ਬੈਠਿਆ ਜੱਟਾਂ ਨੇ ਜ਼ਰੂਰ ਦੇਖਣ ਲਓ ਜੀ ਪੋਪਕਨ ਨਾਲ ਸਭ ਦੀਆਂ ਕੋਕਨ ਵਾਕਨ ਮਿਲ ਗਏ ਕੋਕਨ ਲੈ ਲਏ ਚੱਲੀਏ ਲਓ ਜੀ ਆਪਾਂ ਦੇ ਲਈਏ ਕੋਕਨ ਕੋਕਨ ਵਾਕਨ ਲੈ ਕੇ ਅਤੇ ਫਿਰ ਮਿਲਦੇ ਆ ਕੇ ਹੁਣ ਫਿਲਮ ਸ਼ੁਰੂ ਲਓ ਜੀ ਹੁਣ ਹੋ ਗਈ ਫਿਲਮ ਖਤਮ ਕਰਨ ਅਤੇ ਮੈਂ ਆ ਗਿਆ ਸੀਗਾ ਦੇਖ ਮੌਸਮ ਹੋ ਗਿਆ ਐਨ ਸਿਰਾ ਗੱਲਬਾਤ ਵਾਲਾ ਹੈੱਡ 'ਤੇ ਜਾ ਕੇ ਆਉਂਗੇ ਕਰਨ ਅਤੇ ਸਿਰਾ ਗੱਲਬਾਤ ਹੋ ਗਈ ਹੈ ਮੌਸਮ ਚੱਕ ਲਿਆ ਅਤੇ ਅਸੀਂ ਆ ਗਏ ਚੱਲੀਏ ਹੁਣ ਆਪਾਂ ਕਰਨ ਮੀਂਹ ਲਓ ਜੀ ਮੀਂਹ ਵੀ ਆ ਗਿਆ
ਗੱਲਬਾਤ ਦੇਖ ਕੇ ਮੌਸਮ ਹੋ ਗਿਆ ਸੀ ਗੱਲਬਾਤ ਅਤੇ ਆਪਾਂ ਚੱਲਦੇ ਹਾਂ ਹੁਣ ਥੋੜ੍ਹੇ ਜਿਹਾ ਹੈਡ ਉੱਡ ਕੇ ਘੁੰਮ ਕੇ ਫੇਰ ਚੱਲਦੇ ਹਾਂ ਘਰੇ। ਲਓ ਜੀ ਮੀਂਹ ਸਟਾਰਟ ਹੋ ਗਿਆ, ਅਸੀਂ ਰੋਪੜ ਬਾਜ਼ਾਰ 'ਚ ਰੁਕੇ ਸੀਗੇ ਅਤੇ ਮੀਂਹ ਸਟਾਰਟ ਹੋ ਗਿਆ ਮਲੋ ਮਲ। ਹਾਂ ਸਾਡੇ ਨਾਲ ਦੋ ਬੰਦੇ ਸਾਡੇ ਆ ਦੇਖ ਮੀਂਹ ਸਟਾਰਟ ਹੋਇਆ ਵਾ, ਮੀਂਹ ਪਟਰਾ ਲਾ ਤੇਜ਼ ਮੀਂਹ ਹੋ ਗਿਆ ਵਾ। ਰੋਪੜ ਬਾਜ਼ਾਰ 'ਚ ਆਏ ਦੇਖ ਲਓ ਕਿਆ ਹਾਲ ਹੋਇਆ ਵਾ ਰੋਪੜ ਬਾਜ਼ਾਰ ਦਾ ਦੇਖ ਲਓ ਜੀ, ਪੂਰਾ ਗੰਦ ਪਾਇਆ ਵਾ, ਅਸੀਂ ਤਿੰਨ ਜਣੇ ਖੜ ਕੇ ਇੱਥੇ ਆ ਕੇ ਰੋਪੜ ਬਾਜ਼ਾਰ 'ਤੇ ਗੰਦ ਪਿਆ ਵਾ ਪੂਰਾ। ਰੋਪੜ 'ਚ ਆ ਗਈ ਬਹਾਰ, ਲਓ ਜੀ ਅਸੀਂ ਤਾਂ ਹੈੱਡ 'ਤੇ ਆ ਕੇ ਦੋ ਚਾਰ ਵੀਡੀਓ ਬਣਾ ਕੇ ਅਤੇ ਚੱਲੇ ਘਰ ਨੂੰ, ਹੈੱਡ 'ਤੇ ਬਣਾਈਆਂ ਦੋ ਚਾਰ ਵੀਡੀਓਆਂ ਅਤੇ ਅਸੀਂ ਘਰ ਤੋਂ ਰਵਾਨਾ, ਘਰੇ ਜਾ ਕੇ ਮਿਲਦੇ ਹਾਂ ਫਿਰ ਥੋੜ੍ਹਾ ਜਿਹਾ ਕਰਦੀ ਆ। ਹਾਂਜੀ ਅਤੇ ਅਸੀਂ ਆ ਗਏ ਸੀਗੇ ਹੁਣ ਘਰੇ, ਫਿਲਮ ਦੇਖ ਕੇ ਮੀਂਹ ਪੈਂਦਾ ਹੋਇਆ ਇੰਨਾ ਅਤੇ ਸਮਾਨ ਜਿਹਾ ਦੇ ਕੇ ਥੋੜ੍ਹਾ ਬਹੁਤਾ, ਅਤੇ ਲਾਈਕ ਸ਼ੇਅਰ ਕਮੈਂਟ ਅਤੇ ਜ਼ਰੂਰ ਕਰਿਓ।